पे नहीं है? पैसे ले भी जोड़िया बन गया थोड़ा जगाड़ इन्हू भेज दिया लाले दुकान पर लै भी ट्रंक बंदा ਲੈ ਇਹਨੂੰ ਵੇਚਦਾ ਪਾ ਲਾਲੇ ਦੁਕਾਨ 'ਤੇ 400-500 ਦਾ ਸਮਾਨ ਤਾਂ ਵਿਕ ਜਾਊ ਅਸਾਂ ਦਾ ਜਗਾੜ ਤਾਂ ਹੋ ਗਿਆ ਹੁਣ ਤਾਂ ਪਿੱਤੇ ਸਾਰੀ ਧਾਰਤੀ ਟਰੰਕ ਨੇ ਪਤਾ ਨਹੀਂ ਕੀ ਰੱਖਿਆ ਸੀ ओए सेठा हट बिचिए आ जा जोरा छा होर दस भाई तेरी की सेवा करिए ओ सेवा सुवा दा फेर ही दसांगे पहला दस पिन्निया ग्रेड लाएगा पिन्निया चल भाई मेरी छुछमा खा लू जटन दे पिन्निया 50 रुपए किलो ला देंगे भाई ओ हिल्या होए लाला फड़ा मेरीया पिन्निया ओ देसी क्यों दिया पिन्निया ने भैन ने घरा बनाईया ने ते 50 रु किलो शर्म कर लाला जोरे तो वही गुच्छा कर गया लेफड़ा लेफड़ा 6 रुपए किलो ला देंगे भाई चल फिर ठीक है आ हुई ना गल शल मरद वाली ऐ कर आ चक पूरिया 5 किलो ते फड़ा 500 रुपया 500 की कड़ी गल है लेफड़ फड़ा दे हुण चल ठीक है आ जोरा भाई मेनू किते कुंडी तां नहीं लग गया तोल के देख दे पूरिया ने ਐ ਤਾਂ ਜੱਟ ਘੈਂਟ ਹੈ ਹੋਰ ਕਿਵੇਂ ਤੰਨੋ ਠੀਕ ਆ ਹਾਂ ਪਰ ਜੋ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਆ ਮੇਰੀ ਧੀ ਆ ਜਾ ਬਹਿ ਜਾ ਪੁੱਤ ਕੁੜੇ ਪਾਣੀ ਲਿਆ ਕੇ ਦੇ ਭੈਣ ਨੂੰ ਹੋਰ ਪੁੱਤ ਪ੍ਰਾਹੁਣਾ ਠੀਕ ਸੀ ਹਾਂ ਬੀਬੀ ਠੀਕ ਸੀ ਨਾਲੇ ਤੇਰੇ ਸੱਸ ਸਹੁਰਾ ਹੋਰ ਸੁਣਾ ਗੱਲਬਾਤ ਲੈ ਬੀਬੀ ਟਰੰਕ ਆ ਗਿਆ ਐਤਕੀ ਤੇਰੇ ਵਾਸਤੇ ਦੇਸੀ ਘਿਓ ਦੀਆਂ ਪਿੰਨੀਆਂ ਲਿਆਂਦੀਆਂ ਨੇ ਹਾਏ ਜਿਉਂਦੀ ਰਹਿ ਮੇਰੀ ਧੀ ਇੰਨਾ ਕੰਜਰਾਂ ਨੇ ਤੇ ਕਦੇ ਮੈਨੂੰ ਪਾਣੀ ਦਾ ਗਲਾਸ ਨਹੀਂ ਪੁੱਛਿਆ ਤੂੰ ਮੇਰੇ ਵਾਸਤੇ ਪਿੰਨੀਆਂ ਲੈ ਕੇ ਆਈਆਂ ਉਹ ਪੰਜੋ ਉਹ ਕੀ ਰੱਖਿਆ ਚ ਇੰਨਾ ਵਜਨਾ ਸਾਰੀ ਪਿੱਤੀ ਲਾ ਦੀ ਮੇਰੀ ਹਾਏ ਭੈਣੀ ਮੇਰਾ ਪਿੰਨੀਆਂ ਖਾਣ ਨੂੰ ਇੰਨਾ ਦਿਲ ਕਰਦਾ ਸੀ ਨਾ ਵੀਰੇ ਜਰਾ ਖੋਲ ਨਾ ਟਰੰਕ ਆ ਦਿੰਦਾ ਨਹੀਂ ਆ ਝੁੱਟ ਦੇ ਸਰੀਰ ਤਾਂ ਜਿੰਦਾ ਲੱਗਿਆ ਪਤਾ ਨਹੀਂ ਕੀ ਟੂ ਮੈਂ ਰੱਖਿਆ ਨੇ ਚ ਆ ਲੈ 100 ਕੁੱਤੇ ਬਿੱਲੇ ਤੁਰੇ ਫਿਰਦੇ ਰਾਹਾਂ ਵਿੱਚ ਜਿੰਦਾ ਤਾਂ ਲਾਉਣਾ ਹੀ ਸੀ ਵੈਸੇ ਵੀ ਪੈਸਾ ਧੇਲਾ ਵਾਵਾ ਸਾਂਭਿਆ ਰਹਿੰਦਾ ਹੈ ਮੈਂ ਤਾਂ ਖੇਤ ਵੱਲ ਚੱਲਿਆ ਮੈਂ ਨਹੀਂ ਖਾਣੀਆਂ ਪਿੰਨੀਆਂ ਪੁੰਨੀਆਂ ਆਪੇ ਖਾ ਲਓ ਲੈ ਤੂੰ ਖੋਲ ਲਿਆ ਮੈਂ ਖੋਲ ਨਾ ਜਾਂਦਾ ਓਏ ਇਹਦੇ ਚ ਤਾਂ ਪਿੰਨੀਆਂ ਪੁੰਨੀਆਂ ਕੁਝ ਨਹੀਂ ਹੈਗੀਆਂ ਵਿੱਚ ਤਾਂ ਰੱਖੀਆਂ ਸੀ ਕਿੱਥੇ ਗਈਆਂ ਮੈਨੂੰ ਲੱਗਦਾ ਤੁਹਾਡੇ ਜੀਜੇ ਨੇ ਕਾਸਤਾਨੀ ਕੀਤੀ ਆ ਕੋਈ ਕੋਈ ਗੱਲ ਆ ਲੈਣ ਦੋ ਇਹਨੂੰ ਇਹਦਾ ਤੇ ਮੈਂ ਬਣਾਉਂਗੀ ਮੋਰ ਕੋਈ ਨਾ ਪੁੱਤ ਤੂੰ ਫਿਕਰ ਨਾ ਕਰ ਤੂੰ ਜਾ ਕੇ ਨਹਾ ਧੋ ਲੈ ਕੱਪੜੇ ਬਦਲ ਲੈ ਰੋਟੀ ਬਣਾਉਣਿਆ ਸੀ ਤੇਰੇ ਲਈ ਤੁਸੀਂ ਕਰੋ ਗੱਲਾਂ ਮੈਂ ਟਰੰਕ ਸਾਂਭਦਾ ਮੈਂ ਬਣਾ ਦੂੰ ਪੁੱਤ ਤੇਰੇ ਵਾਸਤੇ ਪਿੰਨੀਆਂ ਤੂੰ ਮੂੰਹ ਨਾ ਆਏ ਕਰ ਚੱਲ ਕੋਈ ਨਾ ਠੀਕ ਹੈ ਬੀਬੀ ਕਿਵੇਂ ਜਵਾਕੜੀ ਦਾ ਮੂੰਹ ਉਤਰਿਆ ਲੈ ਲੈ ਚੁਚਮਾ ਲੈ ਬੱਚ ਥੋੜਾ ਜਾ ਲੈ ਬੱਚ ਥੋੜਾ ਜਾ ਜੱਟਾਂ ਦੇ ਲੈ ਆ ਦੇਸੀ ਘਿਓ ਪਿਸਤਾ ਬਦਾਮ ਪਾਏ ਹੋਏ ਨੇ
ਤੁਸੀਂ ਨਾ ਬੜੀ ਉੱਚੇ ਹੋ ਮਾਤਾ ਆ ਦੇਖਿਓ ਲਾਲਾ ਜੀ ਅੱਗੇ ਨਾਲੋਂ ਮੈਂ ਮੋਟੀ ਹੋ ਗਈ ਆ ਓਹੋ ਆ ਦੋ ਮੱਝਾਂ ਦਾ ਰਾਸ਼ਨ ਖਾ ਗਈ ਹਲੇ ਕਹਿੰਦੀ ਮੈਂ ਮੋਟੀ ਨਹੀਂ ਹੋਈ ਹਾਂ ਥੋੜਾ ਜਿਹਾ ਫਰਕ ਤਾਂ ਹੈਗਾ ਚੱਲ ਝੂਠੇ ਜਿਹਾ ਤੂੰ ਤਾਂ ਕਹਿੰਦੇ ਸੀ ਫਰਕ ਹੈਗਾ ਮੇਰੇ ਸੂਟ ਸਾਰੇ ਟਾਈਟ ਹੋ ਗਏ ਨੇ ਓਹੋ ਚੁਚਮਾ ਇਹ ਤਾਂ ਮੇਰਾ ਛਾਲਾ ਕੱਪੜੇ ਮਾੜਾ ਹੋਣਾ ਉਹ ਥੋੜਾ ਜਿਹਾ ਫਰਕ ਤਾਂ ਹੈਗਾ ਦੇਖੋ ਚੁਗੀ ਹੈਗੀਆਂ ਹੋਰ ਆ ਬੱਚ ਇੱਕੋ ਹੀ ਰਹਿ ਗਈ ਪੂਰੀਆਂ 5 ਕਿਲੋ ਦੀਆਂ ਆ ਦਿਓ ਖਾਣਾ ਤੇ ਮੋਟੇ ਹੋ ਜਾਓਗੇ ਆ ਦੇਖ ਲੋ ਤੀਮੀ ਛਾਂ ਦੇਵੀ ਦੀ ਜਮਾ ਛਿਪਕਲੀ ਜੀ ਨਾ ਹੋਵੇ ਇਹ ਮਾਤਾ ਚਲੋ ਚਟਨੀ ਕੁੱਟੋ ਰਾ ਦੇ ਉੱਤੇ ਆ ਚਟਨੀ ਦਾ ਕੁੱਟਣੀ ਪੂ ਚੱਲ ਅੱਜ ਦਾ ਤੇਰੀ ਚਟਨੀ ਕੁੱਟੀ ਦਿੰਦੇ ਆ ਵੀਰੇ ਪਿੰਨੀਆਂ ਗਈਆਂ ਤੇ ਗਈਆਂ ਕਿੱਥੇ ਪਿੰਨੀਆਂ ਜਿੱਥੇ ਗਈਆਂ ਗਈਆਂ ਤੂੰ ਆਪਣੀ ਪੜ੍ਹਾਈ ਕਰ ਬੇ ਜੋਰਿਆ ਕੁੜੀ ਪਿੰਨੀਆਂ ਲਿਆਈ ਦੀ ਸਹੁਰਿਆਂ ਤੋਂ ਖੋਏ ਦੀਆਂ ਬੇ ਨਿਕਲੀਆਂ ਨਹੀਂ ਟਰੰਕ ਚੋਂ ਕਿਤੇ ਤੂੰ ਤਾਂ ਨਹੀਂ ਇੱਧਰ ਉੱਧਰ ਕਰਤੀਆਂ ਲੈ ਹੈ ਸਾਲੇ ਸਦਾਈ ਉਹ ਮੈਂ 5 ਕਿਲੋ ਪਿੰਨੀਆਂ ਕਿਵੇਂ ਖਾਜੂ ਭਲਾ ਨਾਲੇ ਐਡਾ ਤਾਂ ਜਿੰਦਾ ਲੱਗਿਆ ਦੀ ਉਹ ਮੇਰੇ ਕੋਲ ਕੋਈ ਚੋਰ ਚਾਬੀ ਨੇ ਉਹਦੀਆਂ ਵੀਰੇ ਤੈਨੂੰ ਕਿਵੇਂ ਪਤਾ ਵੀ ਪਿੰਨੀਆਂ 5 ਕਿਲੋ ਤੀ ਇਹਨੇ ਤੋਲ ਕੇ ਵੇਚੀਆਂ ਨੇ ਇਹਨੂੰ ਤਾਂ ਪਤਾ ਉਹ ਕੰਨ ਤੇ ਨਾ ਖਾਲੀ ਆ ਝੂਠੇ ਤੁਸੀਂ ਲਾਉਂਦੇ ਮੇਰੇ ਤੇ ਮੈਂ ਕੀ ਕਾਮਾ ਰੌਲੀ ਪਾਈ ਹੈ ਉਹ ਸਿੱਖੋ ਕੁਝ ਤੋਂ ਕਿੰਨੀਆਂ ਸਿਆਣੀਆਂ ਗੱਲਾਂ ਕਰਦੀਆਂ ਮੇਰੀ ਭੈਣ ਭੈਣੇ ਪਰਾਉਣਾ ਕਦੋਂ ਆਊਗਾ ਨਾ ਦੱਸ ਤੂੰ ਕੀ ਲੈਣਾ ਜਦੋਂ ਆਉਣਾ ਹੋਇਆ ਆਜੂ ਉਹ ਮੈਂ ਤਾਂ ਪੁੱਛਦਾ ਤੀ ਅੱਬੀ ਜਿੱਦਣ ਆਊਗਾ ਨਾ ਆ ਪਿੰਨੀ ਵਾਲਾ ਲਫਾਫਾ ਆਦ ਕਰਾ ਦੀ ਆਉਂਦਾ ਹੋਏ ਚੱਕ ਲਿਆਊ ਹੋਰ ਕੀ ਗਈਆਂ ਕਿੱਥੇ ਇਹ ਸਾਲੀਆਂ ਪਿੰਨੀਆਂ ਗਈਆਂ ਤੇ ਗਈਆਂ ਕਿੱਥੇ ਉਹ ਛੱਡੋ ਆਪਣਾ ਗਈਆਂ ਤੇ ਗਈਆਂ ਹੁਣ ਮਿੱਟੀ ਪਾਓ ਪਿੰਨੀਆਂ ਤੇ ਚਲੋ ਰੋਟੀ ਪਾਣੀ ਦੀ ਤਿਆਰੀ ਕਰੋ ਤੁਸੀਂ ਪਿੰਨੀਆਂ 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 ਚੱਲ ਕੁੜੇ ਰੋਟੀ ਲਿਆ ਪਿੰਨੀਆਂ 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 ਹੱਦ ਹੋ ਗਈ ਪਿੰਨੀ ਵਾਲੀ ਪੇਕੇ ਤੁਰ ਗਈ ਯਾਰੋ ਮੇਰੀ ਮੋਰ ਨੀ ਜੱਟੀ ਉਹ ਬੰਤ ਸਿਆ ਕਿਵੇਂ ਚੁੱਪ ਚਪੀਤਾ ਜਾ ਬੈਠਾ ਆ ਲਾਣੇਦਾਰ ਨੀ ਗਈ ਲੱਗਦੀ ਹੈ ਜਾਗਰਾ ਇੱਕ ਗੱਲ ਤਾਂ ਦੱਸ ਯਾਰ ਸਾਲਾ ਮੈਨੂੰ ਇਹ ਲੱਗਦਾ ਹੈ ਕਿ ਸੱਚੀ ਤੂੰ ਚਵਲ ਹੈ ਸਾਲਾ ਲਾਣੇਦਾਰ ਨਹੀਂ ਤਾਂ ਲੱਗਦਾ ਮਾਸੜ ਵਗ ਜਾ ਇੱਥੋਂ ਓਏ ਹੁਣ ਤੇਰੇ ਜ਼ਿਆਦਾ ਅਕਲ ਆ ਗਈ ਉੱਠਾ ਬੋਲ ਵਗ ਜਾ ਇੱਥੋਂ ਪਹਿਲਾਂ ਆਪਣੀ ਸਾਂਭ ਲੈ ਜਾ ਕੇ ਕਿਤੇ ਹੋਰ ਨਾ ਮੈਂ ਤਾਂ ਕੁਛ ਲੈ ਲਈ ਸਾਲਾ ਜਿਹੜਾ ਆਉਂਦਾ ਲਾਣੇਦਾਰ ਨਹੀਂ ਲਾਣੇਦਾਰ ਨਹੀਂ ਲਾਣੇਦਾਰ ਨੂੰ ਕੋਈ ਪੁੱਛਦੇ ਹੀ ਨਹੀਂ ਜੈ ਹੋ ਬਾਬਿਆਂ ਦੀ ਆ ਜਾਂਦੀ ਰਹਿ ਬਸਦੀ ਰਹਿ ਆ ਰੋਟੀ ਖਵਾ ਬਾਬਿਆਂ ਨੂੰ ਭੁੱਖੇ ਨੇ ਬਹੁਤ ਆ ਛੇਤੀ ਦੇ ਨੇ ਪ੍ਰਸ਼ਾਦੇ ਛਕਾ ਦੇ ਬਾਬਿਆਂ ਨੂੰ ਬੜੀ ਭੁੱਖ ਲੱਗੀ ਆ ਓਏ ਬਾਬਾ ਅੱਜ ਤਾਂ ਤੇਰਾ ਜੀਜੇ ਹੀ ਘਰੇ ਭੁੱਖਾ ਬੈਠਾ ਹੈ ਨੀ ਭੈਣ ਤੇਰੀ ਘਰੇ ਉਹ ਤਾਂ ਪੇਕੀ ਗਈ ਵੀ ਹੈ ਜਾ ਵਗ ਜਾ ਕਿਤੋਂ ਹੋਰ ਖਾ ਲਈ ਆ ਜੋਗੀਆਂ ਨਾਲ ਮਜ਼ਾਕ ਨਹੀਂ ਕਰੀ ਦੇ ਤੈਨੂੰ ਸ਼ਰਾਫ ਦੇ ਦਿਆਂਗੇ ਅਸੀਂ ਸ਼ਾਵਾ ਬਾਬਾ ਅੱਛਾ ਕਿਹੜੀ ਰੱਖੀ ਹੈ ਦੇਸੀ ਕਿ ਅੰਗਰੇਜ਼ੀ ਉਹ ਸ਼ਰਾਬ ਦੀ ਗੱਲ ਨਹੀਂ ਕਰਦੇ ਅਸੀਂ ਸ਼ਰਾਫ ਦੀ ਗੱਲ ਕਰਦੇ ਆ ਉਹ ਮੈਂ ਕਹਿੰਦਾ ਲੰਘ ਜਾ ਬਹਿ ਬਹਿ ਕੇ ਹੋਰ ਮੈਥੋਂ ਪੂੜੇ ਨਾ ਸਕਿਆ ਲਈ ਵਿਲੜ ਕਿਸੇ ਥਾਂ ਦਾ ਉਹ ਚੱਲ ਨਿਕਲ ਇਥੋਂ ਸਾਲਾ ਬਣਦਾ ਸ਼ਰਾਬ ਦਾ ਚੱਲ ਬੱਜਾ ਚੰਗਾ ਵੀ ਚੇਲਿਆ ਸਾਧੂ ਚੱਲਦੇ ਭਲੇ ਤੇ ਨਾਗਰੀ ਬਸਦੀ ਭਲੀ ਆ ਵੈਸੇ ਤਾਂ ਯਾਰ ਤੇਰੇ ਘਰ ਵਾਲੀ ਬਹੁਤ ਸਾਊ ਸੀ ਬਾਬਿਆਂ ਨੂੰ ਬੜੀ ਚੰਗੀ ਲੱਗਦੀ ਸੀ ਬਾਬੇ ਤਾਂ ਉਹਨੂੰ ਆਪ ਦਿਲੋਂ ਚਾਹਣ ਲੱਗ ਗਏ ਸੀ ਲੱਗਦਾ ਭਗਤਾ ਗੁੱਸਾ ਕਰ ਗਿਆ ਸਾਲਿਆ ਬੂਬ ਨੇ ਜਾਣਾ ਕਿ ਨਹੀਂ ਇਥੋਂ ਤੈਨੂੰ ਸ਼ਕਾਮਾ ਪ੍ਰਸ਼ਾਦਾ ਬੰਤ ਸਿਆ ਜਿਹੜਾ ਆਉਂਦਾ ਸਾਲਾ ਲਾਣੇਦਾਰ ਨੂੰ ਪੁੱਛਦਾ ਕਿਤੇ ਕੁਝ ਪੁੱਠਾ ਸਿੱਧਾ ਤਾਂ ਨਹੀਂ ਲੈ ਬਈ ਸਾਲਿਓ ਪਿੰਡੋ ਚੱਲ ਪਿਆ ਸਮਝੋ ਤੁਹਾਡਾ ਪੁੱਚੋ ਵਾਲਾ ਪ੍ਰਾਹੁਣਾ ਕਿਵੇਂ ਆ ਭਰਜਾਈ ਕਿਵੇਂ ਸਾਰਾ ਦਿਨ ਮੂੰਹ ਸਰਦਿਆਂ ਲਪੇਟੀ ਰੱਖਦੀ ਆ ਕਦੇ ਦਿਖਾ ਵੀ ਦਿਆ ਕਰ ਕੁਛ ਵੇ ਕੀ ਦਿਖਾਵਾਂ ਤੈਨੂੰ ਕੰਜਰਾ ਵਿਹਲੜ ਕਿਸੇ ਥਾਂ ਦਾ ਸਾਰਾ ਦਿਨ ਤੀਮੀਆਂ ਤਾੜਦਾ ਰਹਿੰਦਾ ਬੱਠਲ ਮਾਰਨਾ ਮੈਂ ਕੰਜਰ ਦੇ ਢੂਹੇ ਚ ਕਿਸੇ ਨੇ ਦੇਖਿਆ ਨੀ ਬੱਚਤ ਰਹਿ ਗਈ ਬੰਤ ਸਿਆ ਬੜੀ ਬੇਇੱਜ਼ਤੀ ਵਾਲੀ ਗੱਲ ਹੈ ਕੋਈ ਲੈਣ ਹੀ ਨਹੀਂ ਆਇਆ
ਬੱਲੇ ਓਏ ਪ੍ਰਾਹੁਣੇ ਆ ਉਹ ਭੱਜੋ ਉਹ ਤੰਨੋ ਉਹ ਬੀਬੀ ਉਹ ਪੁੱਛਵਾਲਾ ਪ੍ਰਾਹੁਣਾ ਆ ਗਿਆ ਉਹ ਪ੍ਰਾਹੁਣੇ ਆ ਓਏ ਅੰਦਰ ਆ ਜਾ ਉੱਥੇ ਖੜ ਗਿਆ ਉਹ ਚੱਲ ਮੈਂ ਆਉਣਾ ਓਏ ਖੜ ਜਾ ਨਾਲੇ ਕੇਲੇ ਨਾਲ ਲਫਾਫਾ ਵੀ ਲਾਉਣਾ ਹੂ ਉਹ ਸਾਲਿਆ ਮੈਨੂੰ ਲੈਣ ਆਇਆ ਸੀ ਕਿ ਕੇਲਿਆਂ ਨੂੰ ਉਹ ਮੈਂ ਤੇ ਇੱਥੋਂ ਕੀ ਕਰਾਉਣਾ ਮੈਂ ਤਾਂ ਕੇਲੇ ਲੈਣ ਆਇਆ ਸੀ ਤੂੰ ਆਪੇ ਆਈ ਜਾਈ ਜੱਟ ਦਾ ਖਾਣ ਪੀਣ ਦਾ ਸ਼ੌਕੀਨ ਆ ਹੱਦ ਹੋਈ ਪਈ ਹੈ ਬੰਤ ਸਿਆ ਇਹਦਾ ਕੀ ਗੁੱਸਾ ਕਰਨਾ ਨਿਆਣਾ ਹਲੇ ਭੱਜੋ ਨੂੰ ਦੇਖਦੇ ਹਾਂ ਕੀ ਕਰਦੀ ਹੈ